ਕਪੂਰਥਲਾ ਦੀ ਸਬ ਡਿਵੀਜ਼ਨ ਭੁਲਾ ਤੋਂ 8 ਮਹੀਨੇ ਪਹਿਲਾਂ ਫਰਾਂਸ ਗਿਆ। 18 ਸਾਲ ਨੌਜਵਾਨ ਲਾਪਤਾ ਹੋ ਗਿਆ, ਜਿਸ ਨੂੰ ਏਜੰਟ ਨੇ ਗਧਾ ਬਣਾ ਕੇ ਯਾਨੀ ਕਿ ਡੌਂਕੀ ਬਣਾ ਕੇ ਫਰਾਂਸ ਭੇਜ ਦਿੱਤਾ ਸੀ। ਉਕਤ ਨੌਜਵਾਨ ਨਾ ਤਾਂ ਫਰਾਂਸ ਪਹੁੰਚਿਆ ਅਤੇ ਨਾ ਹੀ ਅਜੇ ਤੱਕ ਘਰ ਪਰਤਿਆ ਹੈ। ਹਾਲਾਂਕਿ ਉਸ ਦੇ ਨਾਲ ਆਏ ਦੋਸਤਾਂ ਨੇ ਪਰਿਵਾਰ ਨੂੰ ਫੋਨ ਕਰਕੇ ਦੱਸਿਆ ਕਿ ਉਹਨਾਂ ਦੀ ਲੜਕੇ ਦੀ ਰਾਸਤੇ ਵਿੱਚ ਬਰਫ਼ ਡਿੱਗਣ ਕਾਰਨ ਮੌਤ ਹੋ ਗਈ ਸੀ, ਪਰ ਪਰਿਵਾਰ ਇਸ ਖ਼ਬਰ 'ਤੇ ਵਿਸ਼ਵਾਸ ਨਹੀਂ ਕਰ ਰਿਹਾ। ਰਾਜਾ ਸਾਹਿਬ, ਭਲਾਤ ਤੋਂ ਮਾਮਲਾ ਸਾਹਮਣੇ ਆਇਆ ਕਿ ਇੱਕ ਸਾਗਰ ਨਾਂ ਦਾ ਨੌਜਵਾਨ ਪਿਛਲੇ 5-6 ਮਹੀਨੇ ਤੋਂ ਵਿਦੇਸ਼ ਗਿਆ ਸੀ ਤੇ ਹਜੇ ਤੱਕ ਲਾਪਤਾ, ਕੋਈ ਸੁਰਾਖ ਨਹੀਂ ਮਿਲ ਰਿਹਾ, ਕਿੱਥੇ ਆ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਮਸਲਾ ਆਇਆ ਸੀਗਾ ਸਾਡੇ ਕੋਲ ਵੀ, ਅੱਗੇ ਫਾਦਰ ਸਾਹਿਬ ਮੁੰਡੇ ਦੇ ਆ ਜਿਹੜੇ ਬੈਠੇ ਆ ਕੋਲ ਹੀ, ਉਹ ਸਾਗਰ ਆ ਵੀ ਉਹ ਛੋਟੀ ਉਮਰ ਦਾ ਹਜੇ ਬੱਚਾ ਸੀਗਾ ਤੇ ਕੋਈ ਜੰਟਾਂ ਦੇ ਨਾਲ ਜਿੱਦਾਂ ਕੋਈ ਗੱਲਬਾਤ ਹੋਈ, ਉਹ ਚਲੋ ਬਾਹਰ ਭੇਜਣ ਦੀ ਇਹਨਾਂ ਦੇ ਆਪਸ ਦੇ ਵਿੱਚ ਜੋ ਗੱਲਬਾਤ ਹੋਈ ਆ ਤੇ ਉਹਨਾਂ ਨੇ ਗਾਂ ਭੇਜਿਆ। ਪਰ ਜਿਹੜਾ ਸਭ ਤੋਂ ਵੱਡੀ ਗੱਲ ਹੈ, ਜਿਹੜਾ ਜੰਟ ਆ ਜਿਹੜੇ ਪਰਿਵਾਰ ਨੂੰ ਜਾਂ ਉਹਨਾਂ ਬੱਚਿਆਂ ਨੂੰ ਜਿਹਨਾਂ ਨੂੰ ਬਾਹਰ ਭੇਜਦੇ ਆ, ਉਹ ਸਹੀ ਗਾਈਡ ਨਹੀਂ ਕਰਦੇ ਹੈਗੇ ਤੇ ਨਾ ਹੀ ਇਹਨਾਂ ਨੂੰ ਸਹੀ ਤਰੀਕਾ ਦੱਸਦੇ ਹੈਗੇ ਬਾਹਰ ਜਾਣ ਦਾ। ਤੇ ਉਹ ਆਪਣੇ ਚੰਦ ਪੈਸਿਆਂ ਦੇ ਕਰਕੇ, ਚੰਦ ਪੈਸਿਆਂ ਨੂੰ ਦੇ ਲਾਲਚ ਦੇ ਵਿੱਚ ਕੋਈ ਗਲਤ ਤਰੀਕਿਆਂ ਨਾਲ ਜਿਹੜੇ ਆ, ਉਹ ਜਿਹਨੂੰ ਡੌਂਕੀ ਕਹਿ ਦਿੰਦੇ ਆਪਾਂ, ਡੌਂਕੀਆਂ ਰਾਹੀਂ ਜਿਹੜੇ ਆ ਉਹ ਬੱਚਿਆਂ ਨੂੰ ਬਾਹਰ ਭੇਜਦੇ ਆ ਤੇ ਉਹਨਾਂ ਦਾ ਜਿਹੜਾ ਨੁਕਸਾਨ ਆ, ਖਮਿਆਜ਼ਾ, ਉਹ ਮਾਂ ਪਿਓ ਨੂੰ ਭੁਗਤਣਾ ਪੈਂਦਾ ਵਾ। ਇਹੀ ਇਹਨਾਂ ਦੇ ਨਾਲ ਹੋਇਆ ਵਾ, ਇਹਨਾਂ ਦਾ ਬੱਚਾ ਵੀ ਡੌਂਕੀ ਰਾਹੀਂ ਜਿਹੜਾ ਵਾ ਉਹ ਬਾਹਰ, ਉਸ ਏਜੰਟ ਨੇ ਜਿਹੜਾ ਵਾ ਇਹਨਾਂ ਨੇ ਨਾਮ ਲਿਆ ਵਾ ਭੇਜਿਆ ਸੀਗਾ ਤੇ ਉਹ ਕੁਛ ਕੰਟਰੀਆਂ ਤੋਂ ਛੋਟੀਆਂ ਮੋਟੀਆਂ ਤੋਂ ਹੁੰਦਾ ਹੋਇਆ ਜਿਹੜਾ ਵਾ ਉਹ ਰਸਤੇ ਦੇ ਵਿੱਚ ਹੀ ਲਾਪਤਾ ਹੋ ਗਿਆ ਵਾ। ਤੇ ਉਹ ਅੱਜ 6 ਮਹੀਨੇ ਹੋ ਗਏ ਉਹ ਲੱਭਦਾ ਨਹੀਂ ਪਿਆ। ਮਾਂ ਬਾਪ ਜਿਹੜੇ ਆ ਉਹ ਇਕੱਲਾ ਇਕੱਲਾ ਪੁੱਤ ਸੀਗਾ ਆਪਣਾ ਮਾਂ ਪਿਓ ਦਾ ਤੇ ਮਾਂ ਪਿਓ ਨੂੰ ਰੋਂਦੇ ਕਰਲਾਉਂਦਿਆਂ ਨੂੰ 6 ਮਹੀਨੇ ਲੰਘ ਚੁੱਕੇ ਆ, ਕਿਸੇ ਨੇ ਉਹਨਾਂ ਦੀ ਸਾਰ ਨਹੀਂ ਲਈ, ਨਾ ਕੋਈ ਏਜੰਟ ਲਾਗੇ ਲੱਗਦਾ ਪਿਆ ਵਾ, ਨਾ ਪ੍ਰਸ਼ਾਸਨ ਨੇ ਕੋਈ ਏਡੀ ਬਾਤ ਪੁੱਛੀ ਹੈਗੀ ਆ। ਤੇ ਅਸੀਂ ਤੇ ਬਾਹਰ ਰਹਿੰਦੇ ਜਿਹੜੇ ਸਾਡੇ ਭਰਾ ਵਾ, ਵੀਰ ਆ, ਜਿਹੜੇ ਵੀ ਆ ਸਾਡੀ, ਜਿੰਨਾ ਤੱਕ ਆਵਾਜ਼ ਪਹੁੰਚਦੀ ਆ, ਉਹ ਆ ਬੈਲਾਰੂਸ, ਰਸ਼ੀਆ, ਲਾਤਵੀਆ, ਜਰਮਨ ਵਗੈਰਾ, ਇਹ 3-4 ਕੰਟਰੀਆਂ ਵਾ ਜਿੱਥੇ ਆਸ ਆ ਵੀ ਸ਼ਾਇਦ ਉਹ ਜਿਹੜਾ ਇਹਨਾਂ ਦਾ ਬੱਚਾ ਵਾ ਉੱਥੇ ਹੋ ਸਕਦਾ ਵਾ। ਤੇ ਅਸੀਂ ਤੇ ਬੇਨਤੀ ਕਰਦੇ ਹਾਂ ਭਰਾਵਾਂ ਨੂੰ ਵੀ ਉਹ ਕਿਸੇ ਵੀਰ ਨੂੰ, ਤੁਹਾਨੂੰ ਇੱਕ ਫੋਟੋ ਦਿਖਾ ਦਿੰਦੇ ਹੋ ਵੀਰ ਦੀ, ਸੋਸ਼ਲ ਮੀਡੀਆ ਇੱਕ ਬਹੁਤ ਤਗੜੀ ਤਾਕਤ ਆ, ਜੇ ਇਹਦਾ ਸਹੀ ਇਸਤੇਮਾਲ ਕਰੀਏ। ਤੇ ਉਹ ਆ ਵੀਰ ਆ ਜਿਹੜਾ ਇਹਨਾਂ ਡੌਂਕੀ ਰਾਹੀਂ ਗਿਆ ਸੀਗਾ ਤੇ 6 ਮਹੀਨੇ ਹੋ ਗਏ ਲਾਪਤਾ ਵਾ। ਤੇ ਬੇਨਤੀ ਆ ਸਾਰੇ ਵੀਰਾਂ ਨੂੰ, ਕਿਸੇ ਨੂੰ ਇਸ ਬਾਰੇ ਕੋਈ ਖਬਰ ਹੋਵੇ, ਕੋਈ ਸਾਰ ਹੋਵੇ ਤਾਂ ਸਾਨੂੰ ਜਿਹੜੇ ਆ ਸਾਡੇ ਸੋਸ਼ਲ ਮੀਡੀਆ ਰਾਹੀਂ ਸਾਨੂੰ ਮੈਸੇਜ ਜਾਂ ਤੁਹਾਨੂੰ ਇੱਕ ਨੰਬਰ ਦਿੱਤਾ ਜਾਊਗਾ ਥੱਲੇ, ਤੇ ਉਹਦੇ ਰਾਹੀਂ ਸਾਨੂੰ ਕਾਲ ਕਰ ਸਕਦੇ ਹੋ। ਬੇਨਤੀ ਹੈ ਪਰਿਵਾਰ ਵੱਲੋਂ ਵੀ ਤੇ ਸਾਡੇ ਵੱਲੋਂ ਵੀ ਜ਼ਰੂਰ ਸਾਡੀ ਮਦਦ ਕਰਿਓ, ਕਿਉਂਕਿ ਇੱਦਾਂ ਦੇ ਜਿਹੜੇ ਆ ਕੇਸ ਆ ਬਹੁਤ ਸਾਡੇ ਆ ਰਹੇ ਆ ਤੇ ਜੰਟਾਂ ਨੂੰ ਤੇ ਸ਼ਰਮ ਆਉਣੀ ਨਹੀਂ ਹੈਗੀ ਆ, ਬਹੁਤ ਬਹੁਤ ਕੁਛ ਹੋ ਰਿਹਾ ਵਾ, ਪਰ ਅਸੀਂ ਇਹ ਦੁਖੀ ਆ, ਮਾਂ ਪਿਓ ਉਹਨਾਂ ਦੀ ਸਹਾਇਤਾ ਕਰੀਏ ਤੇ ਬਾਕੀ ਪ੍ਰਸ਼ਾਸਨ ਨੂੰ ਵੀ ਬੇਨਤੀ ਆ ਵੀ ਇਹੋ ਜਿਹੇ ਜਿਹੜੇ ਆ ਜੰਟਾਂ ਨੂੰ ਨੱਥ ਪਾਈ ਜਾਵੇ, ਕਿਉਂਕਿ ਜੋ ਲੋਕਾਂ ਦੀਆਂ ਧੀਆਂ ਪੁੱਤਾਂ ਦੀਆਂ ਜਾਨਾਂ ਨਾਲ ਖੇਡਦੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਕਦੋਂ ਵਿਦੇਸ਼ ਗਿਆ ਸੀ, ਕਿਹਨਾਂ ਜ਼ਰੀਏ ਗਿਆ ਸੀ, ਜਿਹੜਾ ਚਾਨਣਾ ਪਾਇਓ ਸਾਰੇ ਵਿਸਥਾਰ ਬਾਰੇ। ਸਰ ਜੀ, ਇੱਦਾਂ ਆ ਵੀ 6 ਜਨਵਰੀ 2024 ਨੂੰ ਸਾਡੇ ਏਜੰਟ ਨੇ ਸਾਡੇ ਬੱਚੇ ਨੂੰ ਦਿੱਲੀ ਬੁਲਾ ਕੇ ਤੇ ਰਸ਼ੀਆ ਭੇਜਿਆ ਸੀਗਾ। ਰਸ਼ੀਆ ਤੋਂ ਬਾਅਦ ਉਹਨਾਂ ਬੈਲਾਰੂਸ ਭੇਜਿਆ, ਬੈਲਾਰੂਸ 2 ਮਹੀਨੇ ਰੱਖਿਆ ਉਹਨਾਂ ਨੂੰ, 2 ਮਹੀਨੇ ਰੱਖ ਕੇ ਤੇ ਬਾਅਦ ਵਿੱਚ ਡੌਂਕੀ ਲਵਾਤੀ ਤੇ ਹਜੇ ਉਹ 5.5 ਮਹੀਨੇ ਹੋ ਚੱਲੇ ਨੇ ਬੱਚੇ ਸਾਡੇ ਨੂੰ, ਹਜੇ ਤੱਕ ਉਹਦਾ ਕੋਈ ਪਤਾ ਨਹੀਂ ਲੱਗਿਆ। ਕਿਹੜਾ ਏਜੰਟ ਕੌਣ ਨੇ? ਏਜੰਟ ਆਪਣੇ ਆ ਇੱਥੇ ਸਾਡੇ ਗੁਆਂਢ ਹੀ ਰਹਿੰਦੇ ਜੀ, ਰਜਨੀ, ਉਹਨਾਂ ਦਾ ਘਰ ਵਾਲਾ ਅਸ਼ਨੀ ਕੁਮਾਰ ਆ, ਇੱਕ ਅਸ਼ਨੀ ਕੁਮਾਰ ਦਾ ਸਾਲਾ ਆ ਜੀ, ਸਾਲਾ ਉਹਨਾਂ ਦਾ ਕਰਤਾਰਪੁਰ ਰਹਿੰਦਾ ਹੈ ਜੀ। ਨਾਮ ਉਹਦਾ ਰਜਿੰਦਰ ਕੁਮਾਰ ਹੈ ਜੀ। ਕਿੰਨੇ ਪੈਸੇ ਦਿੱਤੇ?
ਅਸੀਂ ਉਹਨਾਂ ਨੂੰ ਦਿੱਤਾ ਜੀ 8,20,000 ਰੁਪਇਆ। ਕਿੱਥੇ ਭੇਜਣਾ ਸੀ? ਇਹ ਫਰਾਂਸ ਭੇਜਣਾ ਸੀ ਜੀ। ਬੱਚਾ ਲਾਪਤਾ ਕਿੱਥੋਂ ਹੋਇਆ ਪਤਾ? ਇਹ ਸਾਨੂੰ ਕਹਿੰਦੇ ਆ ਲਾਤਵੀਆ ਕੰਟਰੀ ਪੈਂਦੀ ਹੈ ਜਰਮਨ ਦੇ ਕੋਲ। ਓਕੇ। ਉੱਥੋਂ ਕਹਿੰਦੇ ਵੀ ਇੱਦਾਂ ਮਤਲਬ ਆਰਮੀ ਵਾਲਿਆਂ ਨੇ ਉਹਨਾਂ ਨੂੰ ਫੜ ਲਿਆ ਆ, ਅਰੈਸਟ ਕਰ ਲਿਆ ਆ। ਪਰ ਸਾਨੂੰ ਵਿੱਚੋਂ ਵਿੱਚੋਂ ਕਈਆਂ ਮੁੰਡਿਆਂ ਨੇ ਫੋਨ ਕਰਕੇ ਦੱਸਿਆ ਆ ਵੀ ਤੁਹਾਡਾ ਬੱਚਾ ਜਿਹੜਾ ਉੱਥੇ ਪੂਰਾ ਹੋ ਚੁੱਕਾ ਆ। ਕਿਵੇਂ? ਕਹਿੰਦੇ ਉੱਥੇ ਬਰਫ਼ ਬਹੁਤ ਪੈਂਦੀ ਸੀ ਜੀ, ਤੇ ਅਸੀਂ ਪਰ ਵਿਸ਼ਵਾਸ ਨਹੀਂ ਕਰਦੇ ਸੀ।